ਲੋਕਾਂ ਦੀ ਆਖਾ ਚ ਮਿੱਟੀ ਪਾਉਣ ਲਈ ਟੈਸਟ ਲੈ ਗਏ ਨੇ ਤੁਹਾਨੂੰ ਦੱਸ ਦਿੰਦੇ ਨੇ ਉਹਨਾਂ ਨੇ ਮਹਿੰਗੀ ਬਿਜਲੀ ਤੇ ਵੀ ਆਪਣਾ ਪ੍ਰਤੀਗਰਮ ਦਿੱਤਾ ਉਹਨਾਂ ਨੇ ਕਿਹਾ ਹੈ ਕਿ ਸਕਾਲਰਸ਼ਿਪ ਮਾਮਲੇ ਤੇ ਪੰਜਾਬ ਸਰਕਾਰ ਦੇ ਖਿਲਾਫ ਧਰਨੇ ਪ੍ਰਦਰਸ਼ਨ ਕਰਨ ਦਾ ਵੀ ਐਲਾਨ ਅਸੀਂ ਕਰ ਰਹੇ ਹਾਂ ਤੂੰ ਜ਼ਰੂਰੀ ਹੈਗਾ ਕਿ ਫਸਲ ਲਾਉਣ ਲਈ ਉਗਾਉਣ ਲਈ ਪਾਲਣ ਲਈ ਜਿਹੜੀ ਹੈਗੀ ਹੈ ਉਹ ਮੋਟਰਾਂ ਦੀ ਬਿਜਲੀ ਜਿਹੜੀ ਹੈ ਨਿਰਵਿਘਨ ਮਿਲਣੀ ਚਾਹੀਦੀ ਹੈ ਪਰ ਜਿਸ ਦਿਨ ਤੋਂ ਹੀ ਝੋਨਾ ਲੱਗਣਾ ਸ਼ੁਰੂ ਹੋਇਆ ਹੈ ਪੈਡੀ ਦਾ ਸੀਜ਼ਨ ਸ਼ੁਰੂ ਹੋਇਆ ਹੈ ਇਹ ਨਿਰਵਿਗਨ ਬਿਜਲੀ ਜਿਹੜੀ ਹੈ ਉਹ ਨਹੀਂ ਮਿਲ ਰਹੀ ਕਿਸਾਨਾਂ ਨੂੰ ਸਾਰੇ ਪੰਜਾਬ ਦੇ ਵਿੱਚੋਂ ਬੜੀ ਵੱਡੀ ਪੱਧਰ ਤੇ ਸ਼ਿਕਾਇਤਾਂ ਮਿਲ ਰਹੀਆਂ ਇਸੇ ਤਰ੍ਹਾਂ ਦੂਜਾ ਸਭ ਤੋਂ ਵੱਡਾ ਮੁੱਦਾ ਹੈ ਕਿ ਗਰੀਬ ਬੱਚਿਆਂ ਦੀ ਜਿਹੜੀ ਸਕਾਲਰਸ਼ਿਪ ਹੈ ਜਿਹੜੀ ਕਿ ਦੇਣੀ ਕੇਂਦਰ ਸਰਕਾਰ ਨੇ ਆ ਪਰ ਜਿਹੜੀ ਇੱਥੇ ਪੈਸੇ ਕੇਂਦਰ ਸਰਕਾਰ ਤੋਂ ਪਹਿਲਾਂ ਆਏ ਹੋਏ ਆ ਪੰਜਾਬ ਸਰਕਾਰ ਕੋਲੇ ਉਹ ਡਿਸਬਰਸ ਨਹੀਂ ਕੀਤੇ ਉਹ ਕਾਲਜਾਂ ਤੱਕ ਪਹੁੰਚਦੇ ਜਾਂ ਸਟੂਡੈਂਟਾਂ ਤੱਕ ਪਹੁੰਚਦੇ ਜਿਹੜੇ ਆ ਉਹ ਨਹੀਂ ਕੀਤੇ ਸ਼ਾਂਤਮਈ ਢੰਗ ਨਾਲ ਧਰਨੇ ਦਿੱਤੇ ਜਾਣਗੇ ਔਰ ਜਿਹੜੀਆਂ ਉੱਥੇ ਗੱਲਾਂ ਠਾਉਣ ਵਾਲੀਆਂ ਤਵਾਡੇ ਜਰੀਏ ਪ੍ਰੈਸ ਦੇ ਜਰੀਏ ਲੋਕਾਂ ਤੱਕ ਤਾਂ ਕਿ ਸਾਡਾ ਜਿਹੜਾ ਰੋਸ ਪ੍ਰਦਰਸ਼ਨ ਹੈ ਜਾਂ ਜਿਹੜੀਆਂ ਗੱਲਾਂ ਲੋਕਾਂ ਤੱਕ ਪਹੁੰਚ ਸਕਣ ਤਾਂ ਉਹ ਸ਼ਾਂਤਮਈ ਢੰਗ ਨਾਲ ਧਰਨੇ ਦੇ ਕੇ ਲੋਕਾਂ ਨੂੰ ਪਹੁੰਚਾਈਆਂ ਜਾਣਗੀਆਂ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ ਟੈਸਟ ਲਿਆ ਜਾ ਰਿਹਾ ਜੋ ਇਹਨਾਂ ਨੇ ਬੱਚੇ ਰੱਖਣੇ ਆ ਉਹ ਅੰਦਰੇ-ਅੰਦਰ ਪਹਿਲਾਂ ਹੀ ਫੈਸਲਾ ਕਰੀ ਬੈਠੇ ਆ